ਕਾਪੀ ਹੋਊਗੀ ਕਿ ਓਰੀਜਨਲ ਹੋਣਗੇ ਓਰੀਜਨਲ ਆ ਐਵੇਂ ਓਰੀਜਨਲ ਲੈ ਕੇ ਗਿਆ ਆਹਾ ਹਾਂਜੀ ਮਾਈਕ ਕੀ ਅੱਛਾ 5 ਮਿੰਟ ਠੀਕ 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 ਤਸੂਏ ਦਾ ਸਟ੍ਰੀਟ ਫੂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਮੈਂ ਤੇ ਸਿਮਰਨ ਨੇ ਪਲਾਨ ਬਣਾਇਆ ਹੋਇਆ ਸੀ ਦਸੂਏ ਵਾਲੇ ਦੀਦੀ ਦੇ ਘਰ ਜਾਣ ਦਾ ਕਿਉਂਕਿ ਆਪਾਂ ਨੇ ਉੱਥੇ ਅੱਜ ਨਾਈਟ ਤੇ ਜਾਣਾ ਸੀ ਦੀਦੀ ਹੁਣਾਂ ਨੇ ਇਨਵਾਈਟ ਕੀਤਾ ਸੀ ਇਸ ਕਰਕੇ ਮੈਂ ਜਾਣਾ ਸੀ ਸਿਮਰਨ ਉੱਥੇ ਲੈ ਕੇ ਬਟ ਸਿਮਰਨ ਠੀਕ ਨਹੀਂ ਹੈਗੇ ਉਹਨਾਂ ਨੂੰ ਹੋ ਗਿਆ ਕੋਲਡ ਕੋਲਡ ਤੇ ਕਫ ਹੋ ਗਿਆ ਤੇ ਫੀਵਰ ਹੋ ਗਿਆ ਇਸ ਕਰਕੇ ਹੁਣ ਮੈਂ ਇਕੱਲਾ ਜਾ ਰਿਹਾ ਹਾਂ ਦਸੂਏ ਨੂੰ ਪਹਿਲਾਂ ਮੈਂ ਦੀਦੀ ਦੀ ਸ਼ੋਪ ਤੇ ਜਾਵਾਂਗਾ ਕਲੀਨਿਕ ਤੇ ਉੱਥੋਂ ਦੀ ਨੂੰ ਪਿਕ ਕਰਾਂਗਾ ਫਿਰ ਆਪਾਂ ਜਾਵਾਂਗੇ ਅੱਗੇ ਦਸੂਏ ਠੀਕ ਹੈ ਜੀ ਮੈਂ ਚੱਲਾ ਸੀ ਦਸੂਏ ਪਰ ਉਸ ਤੋਂ ਪਹਿਲਾਂ ਪਰ ਮੈਂ ਲਵਾਂਗਾ ਆਪਣੀ ਐਨਕ ਕਿਉਂਕਿ ਹਵਾ ਬਹੁਤ ਤੰਗੀ ਅੱਖਾਂ 'ਚ ਐਨਕ ਮੇਰੀ ਜਿਹੜੀ ਆ ਉਹ ਗੱਡੀ 'ਚ ਰਹਿ ਗਈ ਹੈ ਕੱਲ੍ਹ ਦੀ ਕੱਢੀ ਨਹੀਂ ਅਤੇ ਹੁਣ ਮੈਨੂੰ ਪਹਿਲਾਂ ਲੋਕ ਖੋਲ੍ਹਣਾ ਪੈਣਾ ਆ ਗੇਟ ਦਾ ਫਿਰ ਅੰਦਰ ਜਾਣਾ ਪੈਣਾ ਗੱਡੀ 'ਚੋਂ ਫਿਰ ਐਨਕ ਲੈਣੀ ਪੈਣੀ ਆ ਚਲੋ ਦੇਖਦੇ ਹਾਂ ਗੱਡੀਆਂ ਦੇ ਅੰਦਰ ਬਹੁਤ ਚੋਰੀ ਹੋਣ ਡਈ ਆ ਇਸ ਕਰਕੇ ਸੇਫਟੀ ਜ਼ਰੂਰੀ ਆ ਗੱਡੀਆਂ ਦੀ ਵੀ ਇੱਥੇ ਹੀ ਰੱਖੀ ਸੀਗੀ ਜਦੋਂ ਲੱਭ ਗਈ ਹਾਂ ਇੱਥੇ ਹੀ ਰੱਖੀ ਸੀਗੀ ਮਿਲ ਗਈ ਮਿਲ ਗਈ ਮਿਲ ਗਈ ਠੀਕ ਮਿਲ ਗਈ ਮੇਰੀ ਐਨਕ ਤੁਹਾਨੂੰ ਤਾਂ ਕੋਲਡ ਹੋਇਆ ਸੀ ਠੀਕ ਹੋ ਗਿਆ ਹੁਣ ਕਿਤੇ ਜਾਣ ਦਾ ਮਨ ਤਾਂ ਨਹੀਂ ਕਰਦਾ ਹੈ ਨਾ ਮੈਂ ਚੱਲੇ ਚੱਲੇ ਜਾਂਦੇ ਹੈ ਕੱਲ ਚੱਲ ਜਾਂਗੇ ਘੁੰਮਾਂਗੇ ਕਾਫੀ ਟਾਈਮ ਬਾਅਦ ਦੇਖੋ ਫੋਨ ਫੜਿਆ ਅੱਛਾ ਕਾਫੀ ਟਾਈਮ ਬਾਅਦ ਮੈਂ ਇਕੱਲਾ ਚੱਲਾਂ ਅੱਜ ਸਿਮਰਨ ਤੋਂ ਬਿਨਾਂ ਜਾਣਾ ਕੋਈ ਨਹੀਂ ਮੈਂ ਫਿਰ ਚੱਲ ਜੂੰਗੀ ਫਿਰ ਤੱਕ ਆ ਪਾਸੀਆਂ ਵਾਲੀ ਚੱਲ ਠੀਕ ਹੈ ਸਿਮਰਨ ਮੈਂ ਚੱਲਾਂ ਚਾਬੀ ਅੰਦਰ ਢੰਗ ਯਾਰ ਹੁਣ ਸਕੂਟਰੀ ਪਰੇ ਕਰਨੀ ਪੈਣੀ ਕਹਾਂ ਸੀ ਲਾਇਆ ਕਿੰਨੇ ਵਾਲਾ ਹੈ ਚਾਬੀ ਤੂੰ ਲੈ ਲਈ ਕਿਤੇ ਚਲੋ ਠੀਕ ਹੈ ਬਾਏ ਬਾਏ ਅਬ ਮੈਂ ਜਾਊਂਗਾ ਮੈਂ ਨਾ ਆਪਣੀ ਸਿਸਟਰ ਦੇ ਕਲੀਨਿਕ 'ਤੇ ਪਹੁੰਚਣ ਵਾਲਾ ਹਾਂ ਅਤੇ ਕਾਫੀ ਟਾਈਮ ਬਾਅਦ ਮੈਂ ਇਕੱਲਾ ਜਾ ਰਿਹਾ ਕਿਤੇ ਬਸ 1-2 ਮਿੰਟ ਮੈਂ ਪਹੁੰਚ ਜਾਣਾ ਆ ਲੱਗਦਾ ਕਾਲ ਕਰ ਰਹੇ ਆ ਸਿਸਟਰ ਕਰ ਰਹੇ ਹੁਣ ਮੇਰੇ ਮੈਂ ਆ ਗਿਆ ਸੀ ਦੀਦੀ ਕਲੀਨਿਕ 'ਤੇ ਬਟ ਦੀਦੀ ਜੀ ਹੈ ਨਹੀਂ ਪਤਾ ਨਹੀਂ ਕਿੱਥੇ ਗਏ ਆ ਉਹ ਉੱਧਰ ਗਏ ਸੀਗੇ ਆ ਗਏ ਆ ਗਏ ਆ ਗਏ ਮੈਂ ਆ ਗਿਆ ਸੀ ਦੀਦੀ ਘਰ ਮੈਂ ਤਾਂ ਘਰ 'ਤੇ ਚੱਲਿਆ ਹੁਣ ਦੀਦੀ ਹੁਣ ਦੀ ਫੈਕਟਰੀ ਕਿਉਂਕਿ ਉੱਥੇ ਮੈਂ ਆਪਣਾ ਫੋਨ ਅਪਡੇਟ ਕਰਨਾ ਆ ਆਈਫੋਨ ਅਪਡੇਟ ਆਈ ਸੀ 4-5 GB ਦੀ ਨੈੱਟ ਲੱਗਾ ਆ ਉੱਥੇ ਉੱਥੇ ਕਰਦੇ ਹਾਂ ਜਾ ਕੇ ਅਨਲਿਮਿਟਡ ਨੈੱਟ ਲੱਗਾ ਆ ਅਤੇ ਉੱਥੇ ਜਾ ਕੇ ਕਰਦੇ ਹਾਂ ਅਪਡੇਟ ਆਹ ਹੈਗਾ ਕਾਰਤਿਕ ਜਿਹਨੂੰ ਕਿ ਤੁਸੀਂ ਮੇਰੀ ਵੀਡੀਓ 'ਚ ਦੇਖਿਆ ਹੀ ਹੋਣਾ ਕੈਂਸਰ ਦੀਆਂ ਗਲੀਆਂ ਮੈਂ ਤਾਂ ਕਾਰਤਿਕ ਚੱਲੇ ਹਾਂ ਮਾਰਕੀਟ ਸ਼ੂਜ਼ ਲੈਣੇ ਆ ਪਤਾ ਨਹੀਂ ਕਿਤੇ ਬੰਦ ਨਾ ਹੋ ਗਿਆ ਮਾਰਕੀਟ 7 ਵੱਜ ਗਏ ਆ ਦੇਖਦੇ ਹਾਂ ਜਾ ਕੇ ਲੇਟ ਹੋ ਗਏ ਬਸ ਫੋਨ ਅਪਡੇਟ ਕਰਦੇ ਕਰਦੇ ਮੈਂ ਨਾ ਇਕੱਲਾ ਆਇਆ ਅੱਜ ਵੈਸੇ ਤਾਂ ਹਮੇਸ਼ਾ ਸਿਮਰਨ ਮੇਰੇ ਨਾਲ ਹੀ ਆਉਂਦੇ ਹੁੰਦੇ ਵਲੋਗਿੰਗ 'ਤੇ ਬਟ ਮੈਂ ਇਕੱਲਾ ਆਇਆ ਕਿਉਂਕਿ ਉਹ ਠੀਕ ਨਹੀਂ ਸੀਗੇ ਅਤੇ ਬੜਾ ਔਕਵਰਡ ਜਿਹਾ ਲੱਗਦਾ ਪਿਆ ਆ ਕਿਉਂਕਿ ਉਹ ਨਾਲ ਹੁੰਦੇ ਆ ਤਾਂ ਪੋਜ਼ਿਟਿਵ ਵਾਈਬਸ ਆਉਂਦੀਆਂ ਆ ਪੋਜ਼ਿਟਿਵਿਟੀ ਆਉਂਦੀ ਆ ਬਟ ਅੱਜ ਆਏ ਨਹੀਂ ਅਤੇ ਮੈਂ ਇਕੱਲਾ ਹੀ ਆਇਆ ਠੀਕ ਆ ਫੋਨ ਆ ਰਿਹਾ ਸੀ ਦਾ ਹੈਲੋ ਲੱਗੇ ਆਹ ਇਹ ਵਾਲੇ
ਨਹੀਂ ਯਾਰ ਮੈਂ ਵਾਈਟ ਚ ਲੈਣੇ ਆ ਇਹ ਤਾਂ ਮਤਲਬ ਆ ਵਾਲੇ ਕਾਪੀ ਹੋ ਗਈ ਓਰੀਜਨਲ ਹੋਣਗੇ ਐਵੇਂ ਹੀ ਲੈ ਕੇ ਆਹਾ ਹਾਂਜੀ ਆਈ ਕੀ ਨਹੀਂ ਯਾਰ ਕਾਪੀ ਹੋ ਗਈ ਮੈਂ ਓਰੀਜਨਲ ਲੈ ਕੇ ਗਿਆ ਨਾ ਕਿਰੇ ਅੱਛਾ ਮਤਲਬ ਕਿੰਨੇ ਜਾ ਰਿਹਾ 3000 ਰੁਪਏ ਵੀਜੇ ਮਾਰਕੀਟ ਚ ਲੰਘ ਰਹੇ ਸੀ ਤੇ ਸੋਚਿਆ ਆਪੂ ਟਰਾਈ ਕਰ ਲਈਏ ਜੋ ਕਿ ਆਲਵੇਸ ਕਰਦੇ ਆ ਨਾਲ ਮੇਰੇ ਘਰ ਦੇ ਕਾ ਪਿੱਛੇ ਬਾਈਕ ਲਗਾ ਰਿਹਾ ਇੱਕ ਨਵਾਂ ਕਾਰਟ ਲਗਾਇਆ ਸਟਰੀਟ ਫੂਡ ਦਾ ਮੇਰੇ ਖਿਆਲ ਚਾਪਚੁਪ ਬੜਾ ਆ ਉਹ ਟਰਾਈ ਕਰਦੇ ਆ ਮੈਂ ਤਾਂ ਕਾਫੀ ਦੇਖਦੇ ਆ ਜਾ ਕੇ ਉਸ ਤੋਂ ਪਹਿਲਾਂ ਆਪਾਂ ਦੂਸਰੇ ਰੈਸਟੋਰੈਂਟ ਦੇ ਕਰਦੇ ਹੁੰਦੇ ਆ ਵੱਡੇ ਦੇਖਦੇ ਆ ਜਾ ਕੇ ਕੀ ਬੰਦਾ ਇੱਕ ਆਈਟਮ ਹੈ ਭਾਈ ਚਾਹ ਬਸ ਸੋਇਆ ਚਾਹ ਪੀਏ ਵੀ ਮਸਾਲਾ ਸੋਇਆ ਚਾਹ ਉੱਥੇ ਮੈਰੀਨੇਟ ਕਰਕੇ ਰੱਖੀਆਂ ਤੇ ਇੱਥੇ ਹੁਣ ਕਰਦੇ ਆ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ स्ट्रीट फूड ग्रेवी चाप है अच्छा ग्रेवी का दी होती है ग्रेवी भाजी प्याज टमाटर अदरक लहसुन अच्छा 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 ये वो अपने मिक्स कर लिया सारे कितों आने तुझे अच्छा लोकल ही ठीक ठीक नहीं पिछों बिलोंग कर गुरदासपुर तो करते हैं हाँ जी हाँ जी ठीक है काम इतने का अच्छा अच्छा ठीक है ਜੋ ਨਾ ਕਰਦੇ ਪਏ ਹੁਣ ਕਟਿੰਗ ਚਾਪ ਦੀ ਜੋ ਕਰਦੇ ਪਏ ਫਿਰ ਕਰਨਗੇ ਮਿਕਸ ਕੀ ਕੀ ਪਾਇਆ ਭਾਈ ਇਹਦੇ ਵਿੱਚ ਸਰ ਕਰੀਮ ਪੈਂਦੀ ਆ ਹਾਂਜੀ ਹਲਕੀ ਜੀ ਅੱਛਾ ਅੱਛਾ ਹੋਰ ਆਪਣਾ ਤਿਆਰ ਕੀਤਾ ਮਸਾਲਾ ਹੁੰਦਾ ਅੱਛਾ ਅੱਛਾ ਘਰ ਦਾ ਮਸਾਲਾ ਸਰ ਹਾਂਜੀ ਹਾਂਜੀ ਸਰ ਜਿੰਨਾ ਤੁਹਾਨੂੰ ਮਸਾਲਾ ਫਲੇਵਰ ਪਤਾ ਲੱਗੇਗਾ ਕਿ ਮਸਾਲਾ ਫਲੇਵਰ ਖਾਦਾ ਆਪਾਂ ਅੱਛਾ ਅੱਛਾ ਹਾਂਜੀ ਚਲੋ ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਆ ਇਹ ਪਰ ਕੀ ਪਾਇਆ ਭਾਈ ये बटर पाया सर अच्छा अच्छा हाँ ऊपर पा रहे जी फ्रेश बटर क्रीम सकाई हो रही है जी अच्छा अच्छा बहुत ही प्यारी खुशबू आ रही है बहुत टेस्टी लगेगा टेस्ट करके तो दस दें आप बिल्कुल लाओ जी साड़ियाँ हो गई रेडी मसाला सोया चाप क्या खुशबू आ रही है ਉੱਪਰ ਬਣ ਕੇ ਭਾਜੀ ਹਰੀ ਚਟਨੀ ਭਾਅ ਜੀ ਆਪਣਾ ਨਾਮ ਦੱਸ ਦਿਓ ਕੀ ਤੁਹਾਡਾ ਨਾਮ ਮੇਰਾ ਨਾਮ ਰਿੱਕੀ ਰਾਜਪੂਤ ਹੈ ਠੀਕ ਇਹ ਮੈਨੀ ਸਜਾ ਜਾ ਇਹ ਕਰੀਮ ਹੈ ਜੀ ਇਹ ਵੀ ਕਰੀਮ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਟੇਸਟ ਭਾਜੀ ਉਹਨਾਂ ਦੀ ਚਾਪ ਜ਼ਿਆਦਾ ਗਰਮ ਤਾਂ ਨਹੀਂ ਸੀ ਠੀਕ ਹੈ ਵਾਹ ਭਾਜੀ ਕਮਾਲ ਕਰਤੀ ਯਾਰ ਬਹੁਤ ਟੇਸਟੀ ਹੈ ਇਸ ਤੋਂ ਪਹਿਲਾਂ ਮੈਂ ਦੋ ਜਗ੍ਹਾ ਟਰਾਈ ਕੀਤੀ ਸੀ ਕਾਫੀ ਫੇਮਸ ਆ ਉਹ ਵੀ ਬਟ ਜੋ ਸਵਾਦ ਇਸ 'ਚ ਆਇਆ ਨਾ ਕਮਾਲ ਹੀ ਕਰਤੀ ਭਾਅ ਜੀ ਬਹੁਤ ਟੇਸਟੀ ਬਣਾਈ ਮੈਂ ਰਿਕਮੈਂਡ ਕਰਦਾ ਤੁਸੀਂ ਜ਼ਰੂਰ ਆਓ ਇੱਥੇ ਪ੍ਰੀਤਮ ਮਾਲ ਦਾ ਲੈਫਟ ਸਾਈਡ 'ਤੇ ਆ ਅਤੇ ਆ ਕੇ ਜ਼ਰੂਰ ਟਰਾਈ ਕਰੋ ਫੂਡ ਟਰਾਈ ਕਰ ਲਿਆ ਅਤੇ ਹੁਣ ਜਾਵਾਂਗੇ ਘਰ ਨੂੰ ਕਿਉਂਕਿ ਦੀਦੀ ਜੀ ਕਾਲ ਕਰਦੇ ਪਏ ਆ ਕਹਿੰਦੇ ਆ ਜਾਓ ਦੀਦੀ ਰੋਟੀ ਖਾਣੀ ਆ ਵੇਟ ਕਰਦੇ ਪਏ ਸ਼ਾਇਦ ਉਹਨਾਂ ਸਾਡੇ ਨਾਲ ਹੀ ਖਾਣੀ ਆ ਹੁਣ ਆਪਾਂ ਘਰ ਨੂੰ ਜਾ ਰਹੇ ਹਾਂ ਹਾਂਜੀ ਮੈਂ ਨਾ ਕੱਲ੍ਹ ਦਾ ਇੱਥੇ ਸੀਗਾ ਆਪਣੀ ਸਿਸਟਰ ਦੇ ਘਰ ਨਾਈਟ 'ਤੇ ਆਇਆ ਸੀਗਾ ਅਤੇ ਅੱਜ ਮੈਂ ਹੁਣ ਘਰ ਚੱਲਾਂ ਵਾਪਸ ਹੁਣ ਮੈਂ ਆ ਸਾਡੇ ਭਾਜੀ ਹੁਣੀ ਜਿਹੜੇ ਆ ਉਹਨਾਂ ਦੀ ਇੱਥੇ ਫੈਕਟਰੀ ਆ ਛੋਟੀ ਜੀ ਅਤੇ ਉਹ ਤੁਹਾਨੂੰ ਮੈਂ ਦਿਖਾਉਂਦਾ ਹਾਂ ਜਿਹੜੀ ਆ ਪਿੱਛੇ ਆ ਦੇਖ ਸਕਦੇ ਤੁਸੀਂ ਆਟਾ ਤਿਆਰ ਕਰਦੇ ਆ ਮਸਾਲੇ ਮਸੂਲੇ ਤਿਆਰ ਕਰਦੇ ਆ ਹਲਦੀ ਤਿਆਰ ਕਰਦੇ ਆ ਤਾਂ ਉਹ ਤੁਹਾਨੂੰ ਦਿਖਾਉਂਦਾ ਮੈਂ ਜਾ ਰਿਹਾ ਸੀ ਹੁਣ ਵਾਪਸ ਘਰ ਨੂੰ ਅਤੇ ਰਸਤੇ 'ਚ ਲੱਗ ਗਿਆ ਫਾਟਕ ਮੈਂ ਖੜਾ ਹਾਂ ਫਾਟਕ 'ਤੇ ਵੇਟ ਕਰਦੇ ਪਏ ਹਾਂ ਖੁੱਲ੍ਹਣ ਦੀ ਮੈਂ ਆ ਗਿਆ ਘਰ ਸਿਮਰਨ ਕਾਲ ਕਰੀ ਜਾਂਦੇ ਸੀਗੇ ਉਹਨਾਂ ਨੂੰ ਪਤਾ ਨਹੀਂ ਹੋਣਾ ਕਿਵੇਂ ਪਹੁੰਚਣ ਵਾਲਾ ਹਾਂ ਦੇਖਦੇ ਹਾਂ ਕੀ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਸਾਰਾ ਪਾਕੇ ਬੈਠੀ ਆ ਤੂੰ ਹੈ ਤੇ ਇੱਥੇ ਪਾਇਆ ਪੂਰਾ ਕਮਸਾਨ ਹੋਰ ਕੀ ਜੀ ਅੱਛਾ ਅੱਛਾ ਠੀਕ ਹੈ ਜੀ ਕਰਦੇ ਹਾਂ ਜੀ ਵਲੌਗ ਦਾ ਐਂਡ ਮੈਨੂੰ ਨਾ ਦੇਖ